ਧਰਮ ਪਿਆਰਿਓ, ਜਦੋਂ ਇਤਿਹਾਸ ਪੜ੍ਹੀਦਾ ਪਤਾ ਲੱਗਦਾ ਹੈ ਕਿ ਕਲਗੀ ਪਾਤਸ਼ਾਹ ਮਹਾਰਾਜ ਦੇਵ ਦੋਰੀ ਦੇ ਮਾਲਕ ਹੈ ਔਰ ਜਿਨ੍ਹਾਂ ਨੇ ਗੁਰੂ ਦੇ ਖਾਲਸੇ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਜੋ ਦੁਨੀਆਂ ਭਰ ਵਿੱਚ ਹੈ। ਵੇਖੋ ਕਿ ਗੁਰੂ ਦੇ ਖਾਲਸੇ ਵਰਗਾ ਕਿਸੇ ਦਾ ਭਰਾਵਾ ਨਹੀਂ। ਕਿਤੇ ਵੀ ਖਲੋਤਾ ਹੋਵੇ ਸਿੱਖ ਕੱਲਾ ਤੇ ਲੱਖਾਂ ਦੀ ਗਿਣਤੀ ਹੋਵੇ ਪਤਾ ਲੱਗੇਗਾ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਿੱਖ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਤਿਆਰ ਕਰ ਰਹੇ ਹੈ। ਜਦ ਉਸ ਵੇਲੇ ਮਾਤਾ ਜੀਤ ਕੌਰ ਜੀ ਨੂੰ ਪਤਾ ਲੱਗਾ ਉਹ ਪਤਾਸਿਆਂ ਦੀ ਝੋਲੀ ਲੈ ਕੇ ਆਣ ਕੇ ਇਸ ਅੰਮ੍ਰਿਤ ਵਿੱਚ ਪਾ ਦਿੰਦੇ ਹੈ ਤੇ ਨਾਲ ਬਚਨ ਕਰਦੇ ਆ ਮਹਾਰਾਜ ਹੈ ਮਮੀ ਕੁਝ ਹਿੱਸਾ ਪਾਉਣਾ ਚਾਹੁੰਦੀ ਹੈ ਔਰ ਪਿਤਾ ਨੇ ਔਰਤ ਨੂੰ ਬਰਾਬਰ ਹੱਕ ਦਿੱਤਾ ਹੈ ਜਿਵੇਂ ਮਾਤਾ ਜੀਤ ਕੌਰ ਜੀ ਕਹਿ ਰਹੇ ਹੈ। ਉਸ ਵਕਤ ਦੀਆਂ ਲਾਈਨਾਂ ਇਸ ਦਾ ਉੱਤਰ ਪੇਸ਼ ਕੀਤੀਆਂ ਜਾ ਰਹੀਆਂ ਹੈ। ਪਿਆਰ ਨਾਲ ਸਰਵਣ ਕਰੋ। ਮਾਤਾ ਜੀ ਤੋਂ ਆ ਕਦੀ ਗੱਲ ਸੁਣੋ ਸਵਾਮੀ ਦਿਲ ਦੀਆਂ ਰਮਜਾਂ ਜਾਣ ਦੇ ਅੰਤਰ ਜਾਮੀ ਦਿਲ ਦੀਆਂ ਰਮਜਾਂ ਜਾਣ ਦੇ ਅੰਤਰ ਜਾਮੀ ਮਰਦ ਇਸਤਰੀ ਦੁਹਾਵਾਂਗਾ ਮੈਂ ਹੱਥ ਵਡਾਉਂਗਾ ਮਨੀ ਪਤਰ ਮਨੀ ਚੌਡੀ ਹਾਂ ਪੂਰਾ ਮਨੀ ਪਤਰ ਮਨੀ ਚੌਡੀ ਹਾਂ ਪੂਰਾ ਕਰਮੀ ਕੁਰਬਾਨੀ ਮਨੋ ਮੇਰੀ ਬੇਨਤੀ ਤੁਸੀਂ ਅੰਦਰ ਜਾਮੀ ਮਨੋ ਮੇਰੀ ਬੇਨਤੀ ਤੁਸੀਂ ਅੰਦਰ ਜਾਮੀ ਦੀ ਸੰਸਾਰ ਵਿੱਚ ਔਖਾ ਅਖਵਾਉਣਾ ਮਨੀ ਪਤਰ ਮਨੀ ਚੌਡੀ ਹਾਂ ਪੂਰਾ ਮਨੀ ਪਤਰ ਮਨੀ ਚੌਡੀ ਹਾਂ ਪੂਰਾ ਸੰਸਾਰ ਵਿੱਚ ਸੰਸਾਰ ਵਿੱਚ ਚੰਬਰੂਜ ਪਰੋਣਾ ਮਨੂ ਪਤਰ ਮਨੀ ਚੌਡੀ ਹਾਂ ਪੂਰਾ ਮਨੂ ਪਤਰ ਮਨੀ ਚੌਡੀ ਹਾਂ ਪੂਰਾ ਪਤੀ ਜੀ ਮੈਂ ਵੀ ਚਰਨਾ ਦੀ ਦਾਸੀ ਕੱਟੀ ਜਾਵੇ ਅਸਾਂ ਵੀ ਦੂਣਾ ਚਾਸੀ ਕੱਟੀ ਜਾਵੇ ਅਸਾਂ ਵੀ ਜੂਣ ਚਾਸੀ ਪਰ ਉਪਕਾਰ ਦੇ ਵਾਸਤੇ ਲੈ ਆਪਾਂ ਲੋੜਾ ਮਨੀ ਸਤਰ ਮਨੀ ਚੌਡੀ ਹਾਂ ਪੂਰਾ ਮਨੀ ਸਤਰ ਮਨੀ ਚੌਡੀ ਹਾਂ ਪੂਰਾ ਕੀ ਹੱਥ ਮਦੀ ਕੀ ਹੱਥ ਮਦੀ ਕਵੀਆਂ ਤੇ ਬਹਿ ਕੇ ਧਰਮ ਬਚਾਇਆ ਦੇਸ਼ ਦਾਸੀ ਦੁਖੜੇ ਸਹਿ ਕੇ ਧਰਮ ਬਚਾਇਆ ਦੇਸ਼ ਦਾਸੀ ਦੁਖੜੇ ਸਹਿ ਕੇ
ਪੱਤ ਦੀ ਖਾਤਰ ਹੋਰ ਕਿਉਂ ਪੈ ਗਿਆ ਅਜਮਾਉਣਾ, ਨਵੀਂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ, ਨਵੀਂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ, ਜਮਨ ਦੀ ਪਿਤਾ ਜੀ ਕਰ ਗਏ ਮੈਂ ਦਿੱਲੀ, ਧਰਮ ਦੀ ਖਾਤਰ ਵਾਲ ਗਏ ਨੇ ਆਪਾ ਦਿੱਲੀ, ਧਰਮ ਦੀ ਖਾਤਰ ਵਾਲ ਗਏ ਨੇ ਆਪਾ ਦਿੱਲੀ, ਬੇਟੀ ਗੁਜਰੀ ਮਾਤਾ ਦੀ ਹੈ ਮੈਂ ਕਹਿਲਾਉਣਾ, ਮਨੂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ, ਮਨੂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ, ਆਪੇ ਗੱਲਾਂ ਵੀਰਾਂ ਨੂੰ ਜੇ ਸਿੰਘ ਸਜਾਉਣਾ, ਭੱਠਲ ਕੇਸ਼ਵਰ ਜੀ ਤੈਨੂੰ ਛਾਤੀ ਨਾਲ ਲਾਉਣਾ, ਭੱਠਲ ਕੇਸ਼ਵਰ ਜੀ ਤੈਨੂੰ ਛਾਤੀ ਨਾਲ ਲਾਉਣਾ, ਪੰਥ ਤੀਸਰਾ ਸਾਜ ਕੇ ਮੈਂ ਦੇਗ ਬਿਠਾਉਣਾ, ਮਨੂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ, ਮਨੂ ਰਿਸ਼ਤਾ ਧਰਮ ਲਈ ਚਾਹੁੰਦੀ ਹਾਂ ਪਾਉਣਾ। ਯਾਦ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਪਹਿਲਾਂ ਔਰਤ ਨੂੰ ਮਰਦ ਦਾ ਬਰਾਬਰ ਹੱਕ ਨਹੀਂ ਸੀ ਮਿਲਦਾ। ਜਦੋਂ ਕੋਈ ਮਰਦ ਚੜ੍ਹਾਈ ਕਰ ਜਾਂਦਾ ਹੈ, ਉਹਦੇ ਨਾਲ ਵਿਆਹ ਹੀ ਹੋਏ ਔਰਤ ਉਹਦੇ ਨਾਲ ਸਤੀ ਕਰ ਦਿੰਦੇ, ਗੁਰੂ ਪਿਆਰੇ ਉਸ ਨੂੰ ਜੋੜੇ ਜਬਰੀ ਉਹ ਸਿੱਖਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਸ ਵਿੱਚ ਉਹਦਾ ਪਤੀ ਸੜ ਰਿਹਾ ਹੁੰਦਾ ਹੈ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਪਿਆਰੇ ਵੱਡਾ ਪਰ ਉਪਕਾਰ ਕੀਤਾ ਤੇ ਇਸ ਰੀਤ ਨੂੰ ਢਾ ਕੇ ਆਖਿਆ ਹਰ ਔਰਤ ਮਰਦ ਦੇ ਬਰਾਬਰ ਹੈ। ਗੁਰੂ ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਹਿਲੇ ਮਾਤਾ ਜੀਤ ਕੌਰ ਜੀ ਔਰ ਉਹਨਾਂ ਨੇ ਪਤਾਸੇ ਲਿਆਣ ਕੇ ਅੰਮ੍ਰਿਤ ਵਿੱਚ ਪਾਏ ਤੇ ਸਤਿਗੁਰਾਂ ਨੇ ਹੱਸ ਕੇ ਬਚਨ ਕੀਤਾ, ਕਿਉਂਕਿ ਹੁਣ ਖਾਲਸੇ ਵਿੱਚ ਮਠਾਸ ਜੀ ਦੀ ਲੋੜ ਸੀ। ਇਤਿਹਾਸ ਪੜੋਗੇ ਤੇ ਪਤਾ ਲੱਗੇਗਾ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਤਿੰਨ ਸ਼ਾਦੀਆਂ ਹੋਈਆਂ। ਪਹਿਲੀ ਸ਼ਾਦੀ ਮਾਤਾ ਜੀਤ ਕੌਰ ਦੇ ਨਾਲ ਹੈ, ਦੂਸਰੀ ਸ਼ਾਦੀ ਮਾਤਾ ਸੁੰਦਰ ਕੌਰ ਜੀ ਦੇ ਨਾਲ ਹੈ, ਤੀਸਰੀ ਸ਼ਾਦੀ ਮਾਤਾ ਸਾਹਿਬ ਕੌਰਾਂ ਜੀ ਦੇ ਨਾਲ ਹੈ। ਗੁਰੂ ਪਿਆਰੇ ਜੋ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੈ, ਉਹ ਮਾਤਾ ਸੁੰਦਰੀ ਜੀ ਦੀ ਕੁੱਖੋਂ ਪੈਦਾ ਹੋਇਆ। ਜੋ ਮਾਤਾ ਜੀਤ ਕੌਰ ਦੀ ਕੁੱਖੋਂ ਬਾਬਾ ਜਗਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਕੁੱਲ ਸਾਹਿਬਜ਼ਾਦੇ ਪੈਦਾ ਹੋਏ। ਇਸ ਕਰਕੇ ਜੋ ਮਾਤਾ ਸਾਹਿਬ ਕੌੜਾ ਹੈ ਉਹਨਾਂ ਨੂੰ ਕੁਵਾਰਾ ਕੌੜਾ ਕਿਹਾ ਜਾਂਦਾ ਹੈ। ਸਾਰੀ ਉਮਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਬਤੀਤ ਕੀਤੀ। ਗੁਰੂ ਪਿਆਰੇ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਇਸ ਅੰਮ੍ਰਿਤ ਨੂੰ ਤਿਆਰ ਕੀਤਾ। ਜਿਸ ਵੇਲੇ ਅੰਮ੍ਰਿਤ ਤਿਆਰ ਹੋ ਗਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਦਇਆ ਰਾਮ ਨੂੰ ਅੰਮ੍ਰਿਤ ਛਕਾਇਆ। ਅੱਜ ਆਪਾਂ ਜਦੋਂ ਖੰਡੇ ਬਾਟੇ ਦੀ ਪਹੁੰਚ ਛੱਡਦੇ ਹਾਂ, ਪੰਜ ਪਿਆਰੇ ਖੰਡੇ ਬਾਟੇ ਦੀ ਪਹੁੰਚ ਤਿਆਰ ਕਰਦੇ ਹੈ,
ਔਰ ਉਸ ਵੇਲੇ ਜਿਸ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਔਰ ਗੁਰੂ ਦੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹੈ। ਪਹਿਲਾਂ ਪੰਜ ਚੂਹੇ ਛਕਾਉਂਦੇ ਹੈ, ਬਾਅਦ ਵਿੱਚ ਪੰਜ ਪਿਆਰੇ ਔਰ ਉਹਦੀਆਂ ਅੱਖਾਂ ਉੱਤੇ ਛਿੱਕੇ ਮਾਰਦੇ ਹੈ। ਉਸ ਤੋਂ ਪਰੰਤੂ ਦੇ ਸੀਸ ਵਿੱਚ ਪੰਜ ਚੂਹੇ ਪਾਏ ਜਾਂਦੇ ਹੈ ਗੁਰੂ ਪਿਆਰੇ ਤੇ ਨਾਲ ਕਿਹਾ ਜਾਂਦਾ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਕਲਗੀਵਾਲੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਨੂੰ ਅੰਮ੍ਰਿਤ ਛਕਾਇਆ। ਭਾਈ ਦਇਆ ਰਾਮ ਨੇ ਅੰਮ੍ਰਿਤ ਛਕਿਆ, ਉਸ ਤੋਂ ਉਪਰੰਤ ਭਾਈ ਧਰਮ ਚੰਦ ਨੂੰ ਅੰਮ੍ਰਿਤ ਛਕਾਇਆ ਤੇ ਨਾਲ ਨਾਲ ਜਿਨ੍ਹਾਂ ਦੇ ਨਾਲ ਚੰਦ ਲੜਦੇ ਸਨ ਉਹਨਾਂ ਨੂੰ ਸਿੰਘ ਬਣਾ ਦਿੱਤਾ। ਆਖਿਆ ਅੱਜ ਤੋਂ ਭਾਈ ਦਇਆ ਰਾਮ ਨਹੀਂ ਇਹ ਭਾਈ ਦਇਆ ਸਿੰਘ ਹੈ, ਅੱਜ ਤੋਂ ਭਾਈ ਧਰਮ ਚੰਦ ਨਹੀਂ ਅੱਜ ਤੋਂ ਭਾਈ ਧਰਮ ਸਿੰਘ ਹੈ। ਸਭਨਾ ਦੇ ਨਾਂ ਸਿੰਘ ਲਾ ਕੇ ਅੰਮ੍ਰਿਤ ਛਕਾ ਕੇ ਆਖਿਆ ਇਹ ਮੇਰੇ ਪੰਜ ਪਿਆਰੇ ਹੈ। ਗੁਰੂ ਪਿਆਰੇ ਨਾਲ ਨਾਲ ਪੰਜ ਪ੍ਰਕਾਰ ਦੀ ਰਹਿਤ ਦੱਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ, ਹੁਣ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖ ਸੀ ਪਰ ਖੰਡੇ ਬਾਟੇ ਦੀ ਪੌੜ ਛੱਕ ਕੇ ਤੁਸੀਂ ਸਿੰਘ ਸੱਜ ਗਏ ਹੋ। ਸਿੰਘ ਦਾ ਅਰਥ ਹੈ ਸ਼ੇਰ ਹੈ। ਕਲਗੀਵਾਲੇ ਪਾਤਸ਼ਾਹ ਮਹਾਰਾਜ ਨੇ ਗੁਰੂ ਦੇ ਖਾਲਸੇ ਨੂੰ ਸ਼ੇਰ ਬਣਾ ਦਿੱਤਾ। ਵਚਨ ਕੀਤਾ ਪੰਜ ਪ੍ਰਕਾਰ ਦੀ ਰਹਿਤ ਹੈ, ਕੰਘਾ ਕੜਾ ਕਛਹਿਰਾ ਕਿਰਪਾਨ ਤੇ ਕੇਸ ਹੈ। ਸਭ ਤੋਂ ਵੱਡੀ ਚੀਜ਼ ਹੈ ਗੁਰੂ ਕੀ ਸਿੱਖ ਵਾਸਤੇ ਕੇਸ ਹੈ। ਬੜਾ ਪਿਆਰੀ ਆਪਾਂ ਜੇ ਕਛਹਿਰਾ ਸਵਾਉਣਾ ਤੇ ਦੁਕਾਨ ਤੋਂ ਕੱਪੜਾ ਲੈ ਕੇ ਸਵਾ ਸਕਦੇ ਹਾਂ, ਜੇ ਕੜਾ ਲੈਣਾ ਉਹ ਆਪਾਂ ਦੁਕਾਨ ਤੋਂ ਲੈ ਕੇ ਹੱਥ ਵਿੱਚ ਪਾ ਸਕਦੇ ਹਾਂ, ਜੋ ਕੰਘਾ ਹੈ ਉਹ ਵੀ ਆਪਾਂ ਨੂੰ ਦੁਕਾਨ ਤੋਂ ਮਿਲ ਸਕਦਾ ਹੈ। ਗੁਰੂ ਪਿਆਰੇ ਕਿਰਪਾਨ ਵੀ ਆਪਾਂ ਦੁਕਾਨ ਤੋਂ ਲੈ ਸਕਦੇ ਹਾਂ, ਪਰ ਜਿਹੜੀ ਗੁਰੂ ਦੀ ਮੋਹਰ ਕੇਸ ਹੈ ਇਹ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕੇਸਾਂ ਤੋਂ ਬਗੈਰ ਕੋਈ ਵੀ ਆਪਣੇ ਆਪ ਨੂੰ ਸਿੰਘ ਨਹੀਂ ਅਖਵਾ ਸਕਦਾ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਜੋ ਸਾਡੇ ਉੱਤੇ ਕਲਗੀਵਾਲੇ ਪਾਤਸ਼ਾਹ ਮਹਾਰਾਜ ਨੇ ਰਹਿਮਤਾਂ ਕੀਤੀਆਂ। ਗੁਰੂ ਪਿਆਰੇ ਕਲਗੀਵਾਲੇ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਹੈ ਜਿਹੜੇ ਸਿੰਘ ਨੇ ਅੰਮ੍ਰਿਤ ਛਕਿਆ ਹੋਵੇਗਾ ਜਦ ਕਿਸੇ ਉੱਤੇ ਹੱਥ ਚੁੱਕੇਗਾ ਉਹਨੂੰ ਆਪਣਾ ਕੜਾ ਨਜ਼ਰ ਆਵੇਗਾ, ਉਹ ਗਰੀਬ ਉੱਤੇ ਹੱਥ ਨਹੀਂ ਚੁੱਕੇਗਾ। ਜਿਹੜਾ ਗੁਰੂ ਕਾ ਸਿੱਖ ਹੈ ਤਲਵਾਰ ਕਿਸੇ ਕੋਈ ਨਹੀਂ ਹੋਈ ਹੈ, ਜੇ ਕੋਈ ਦੁਸ਼ਮਣ ਆਵੇਗਾ ਉਹ ਆਉਂਦੇ ਹੋਏ ਦੁਸ਼ਮਣ ਦਾ ਮੁਕਾਬਲਾ ਕਰ ਸਕੇਗਾ। ਜਿਹੜਾ ਕਛਹਿਰਾ ਹੈ ਇਹ ਜਾਤੀ ਦਾ ਰੂਪ ਹੈ, ਹਰ ਸਿੱਖ ਗੁਰੂ ਕਾ ਸਿੱਖ ਹੈ। ਜਾਤੀ ਸਤੀ ਹੋਵੇ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਰਹਿ ਕੇ ਸੇਵਾ ਕਰੇ। ਜਿਹੜੇ ਕੇਸ ਸਨ ਕਲਗੀਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਮੇਰਾ ਸਿੱਖ ਹੈ ਆਪਣੇ ਸਰੀਰ ਉੱਤੇ ਕਦੇ ਵੀ ਆਪਣਾ ਕੋਈ ਰੋਮ ਨਹੀਂ ਕਟਾਵੇਗਾ। ਗੁਰੂ ਪਿਆਰੇ ਕੇਸ ਇੱਕ ਵੱਡੀ ਮੋਹ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੀ, ਜਿਸ ਜਿਨ੍ਹਾਂ ਕੇਸਾਂ ਵਾਸਤੇ ਕੇਸਾਂ ਦੇ ਨਾਮ ਤੋਂ ਔਰ ਜਿਸ ਪਵਿੱਤਰ ਸਥਾਨ ਉੱਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ ਉਸ ਪਵਿੱਤਰ ਸਥਾਨ ਦਾ ਨਾਮ ਕੇਸਗੜ੍ਹ ਸਾਹਿਬ ਰੱਖਿਆ ਗਿਆ। ਕੇਸਾਂ ਦੇ ਨਾਮ ਤੋਂ ਕੇਸਗੜ੍ਹ ਸਾਹਿਬ ਨਾਮ ਰੱਖਿਆ। ਔਰ ਜਦੋਂ ਆਪਾਂ ਹੋਲੇ ਮਹੱਲੇ ਤੇ ਜਾਂਦੇ ਹਾਂ ਨਾ
ਸੰਗਤਾਂ ਦੇ ਚਰਨਾਂ ਸੰਗਤਾਂ ਦੇ ਮਨਾਂ ਵਿੱਚ ਬੜਾ ਪਿਆਰ ਹੁੰਦਾ ਹੈ, ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ ਹੈ ਕਿ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਕਰਨ ਵਾਸਤੇ ਚੱਲੇ ਹਾਂ। ਨਾਲ ਬਚਨ ਕੀਤਾ ਅੱਜ ਗੁਰੂ ਕਾ ਖਾਲਸਾ ਔਰ ਕਿਸੇ ਅੱਗੇ ਝੁਕੇਗਾ ਨਹੀਂ। ਬੜਾ ਪਿਆਰੇ ਜਦ ਅਸੀਂ ਇਹ ਗੁਰੂ ਕਾ ਇਤਿਹਾਸ ਕਹਿੰਦੇ ਹਾਂ ਤੇ ਨਾਲ ਨਾਲ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ ਕਿ ਗੁਰੂ ਕੇ ਸਿੱਖਾ ਤੋਂ ਆਪਣੇ ਕੇਸ ਕਤਲ ਨਹੀਂ ਕਰਨੇ। ਔਰ ਗੁਰੂ ਕੇ ਸਿੱਖ ਔਰ ਕੇਸਾਂ ਬਾਰੇ ਬਹੁਤ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ। ਇਹ ਜੇ ਸਿੰਘ ਹੋਏ ਹੈ ਔਰ ਜਿਹਨਾਂ ਨੇ ਆਪਣੇ ਕੇਸਾਂ ਤੇ ਸਵਾਸਾਂ ਨਾਲ ਸਿੱਖੀ ਨੂੰ ਨਿਭਾਇਆ, ਜਿਹਨਾਂ ਚਿਰ ਇਸ ਦੇਹ ਵਿੱਚ ਸਵਾਸ ਹੈ ਉਹਨਾਂ ਚਿਰ ਕੇਸਾਂ ਦੇ ਨਾਲ ਪਿਆਰ ਹੈ। ਸ਼ਾਇਰ ਲਿਖਦਾ ਹੈ ਭੁੱਲ ਗਿਆ ਜਾਪਦਾ ਸਿੱਖਾਂ ਕਲਗੀਆਂ ਵਾਲੇ ਪਿਤਾ ਦਾ ਉਪਦੇਸ਼ ਕਹਿੰਦਾ, ਅੱਜ ਸਿੱਖੀ ਤੋਂ ਬਹੁਤ ਜਾਂ ਦੂਰ ਜਾ ਕੇ ਛੱਡ ਕੇ ਪੰਜ ਵਿਕਾਰ ਦੀ ਰਹਿਤ ਨੂੰ ਤੂੰ ਤ੍ਰੈਤਾਂ ਵਿੱਚ ਭਰਪੂਰ ਜਾ ਕੇ ਉਹ ਵੀ ਦਿਨ ਸੀ ਤੇਰੇ ਕੇਸਾਂ ਨੂੰ ਕੈਂਚੀ ਨੇ ਕਤਰਿਆ ਨਾ, ਖੋਪੜੀ ਤਾਰੂ ਸਿੰਘ ਦੀ ਜਾਨਮਾ ਕਾਰ ਦਿੱਤੀ, ਅੱਜ ਜਾਣ ਬੁੱਝ ਕੇ ਕੇਸ ਕਤਲ ਕਰਦਾ ਤੇਰੀ ਮੱਤ ਸੋਹਣਿਆ ਕਿੰਨਿਆਂ ਮਾਰ ਦਿੱਤੀ। ਕੇਸ ਤੇਰੇ ਸਿੱਖੀ ਦਾ ਨਿਸ਼ਾਨ ਵੱਡਾ, ਵੇਖ ਇਤਿਹਾਸ ਨੂੰ ਖੋਲ ਕੇ ਤੂੰ ਜਿਹਨਾਂ ਕੇਸਾਂ ਦੀ ਅੱਜ ਕਦਰ ਕੋਈ ਨਹੀਂ, ਇਹ ਬਚਾਏ ਸੀ ਖੂਨ ਡੋਲ ਕੇ ਤੂੰ ਇਹਨਾਂ ਕੇਸਾਂ ਦੀ ਖਾਤਰ ਕਈ ਸੂਰਮੇ ਕਰੇ ਸੂਰੀ, ਕਈਆਂ ਨੂੰ ਜੀਂਦਿਆਂ ਅੱਗ ਦੇ ਵਿੱਚ ਸਾੜ ਦਿੱਤਾ, ਕਈ ਚੀਰੇ ਨਾਲ ਆਰਿਆਂ ਦੇ, ਕਈਆਂ ਨੂੰ ਦੇਗਾਂ ਵਿੱਚ ਬਾਲ ਦਿੱਤਾ। ਦਿਲ ਵਿੱਚ ਸੋਚ ਹੈ ਕਰਨਾ ਕੇਸੇ ਤੂੰ ਕੀ ਕਰਦਾ, ਕੇਸ ਕਤਲ ਕਰਨ ਨੂੰ ਸਿੱਖਾ ਤੇਰਾ ਕਿੱਦਾਂ ਜੀ ਖੜਦਾ। ਸੁਰਤੀ ਖੜ ਕੇ ਵੇਖ ਮਨੂ ਦੀ ਜੇਲ ਅੰਦਰ, ਮਨੂ ਨੇ ਕਿੱਦਾਂ ਜ਼ੁਲਮ ਕਮਾਏ ਹੈ ਸੀ, ਟੁਕੜੇ ਕਰ ਕਰ ਬੱਚਿਆਂ ਦੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਹੈ ਸੀ। ਜਲਾਦ ਸਵਾਲ ਕਰਦਾ ਕੇਸ ਕਤਲ ਕਰਨੇ ਜਾਂ ਬੱਚਾ ਕਤਲ ਕਰਾਉਣਾ ਹੈ, ਅੱਗੋਂ ਆਵਾਜ਼ ਆਉਂਦੀ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਉਣਾ ਹੈ। ਨਿਗਾਹ ਮਾਰੀਏ ਤੇ ਅੱਖਾਂ ਸਾਹਮਣੇ ਠੰਡਾ ਗੁੰਜ ਦੁਆਰਾ ਆਉਂਦੀਆਂ ਨੇ, ਦਿਲ ਵਿੱਚ ਡੂੰਘੀਆਂ ਡੂੰਘੀਆਂ ਵਿਚਾਰਾਂ ਆਉਂਦੀਆਂ ਨੇ। ਧੰਨ ਕਲਗੀਆਂ ਵਾਲੇ ਪਾਤਸ਼ਾਹ ਧੰਨ ਉਹਨਾਂ ਦੇ ਨਾਲ ਸੀ ਜਿਹਨਾਂ ਛੋਟੀ ਜੀ ਉਮਰ ਵਿੱਚ ਕਰਕੇ ਵਿਖਾਈ ਕਮਾਲ ਸੀ। ਸਰਕਾਰ ਦੇ ਰੂਪ ਦੇ ਲਾਲਚਿਆਂ ਨੂੰ ਪੈਰ ਦੀ ਜੁੱਤੀ ਨਾਲ ਟਕਰਾਇਆ ਸੀ, ਸੋਹਣਾ ਜਿਹਾ ਜਿਸਮ ਨੀਹਾਂ ਵਿੱਚ ਚੁਲਵਾਇਆ ਸੀ, ਲੱਖਾਂ ਨੂੰ ਮਾਰ ਸ਼ਹੀਦ ਹੋਏ, ਜੀਵਦੇ ਹਜ਼ਾਰ ਨੇ, ਕਿਉਂ ਭੁੱਲ ਗਿਆ ਸਿੱਖਾਂ ਤੇਰੇ ਦਿਲੋਂ ਸਿੱਖੀ ਦਾ ਪਿਆਰ ਨੇ। ਕਹਿਣਾ ਮਨ ਸਿੱਖਾਂ ਦਾ ਕੀਤੀ ਸੀ ਵਿਚਾਰ ਦਸ਼ਮੇਸ਼ ਜੀ, ਸੰਗਤ ਸਿੰਘ ਨੂੰ ਕਲਗੀ ਤੂੜਾ ਸੌਂਪਿਆ, ਕਿਆ ਨਾਲ ਪਿਆਰ ਦਸ਼ਮੇਸ਼ ਜੀ, ਰਾਮ ਰਾਉ ਤੇ ਬਹਿਣਗੇ ਰਹਿ ਮੁਖ ਤੋਂ ਚਾਰ ਦਸ਼ਮੇਸ਼ ਜੀ, ਕਿਹੜਾ ਛੱਡ ਦਿੱਤਾ ਚਮਕਾਉਂਦਾ, ਤਾੜੀ ਸਰ ਤਾੜੀ ਮਾਰ ਦਸ਼ਮੇਸ਼ ਜੀ, ਨੰਗੇ ਪੈਰੀ ਪੈਦਲ ਤੁਰਿਆ ਆਇਆ, ਨੀਲੇ ਦਾ ਸਵਾਸ ਸੀ ਸਿੱਖਾਂ ਸਿੱਖੀ ਬਦਲੇ, ਕਲਗੀਆਂ ਵਾਲੇ ਪਾਤਸ਼ਾਹ ਚਾਲੀਆਂ ਮੁਸੀਬਤਾਂ ਹਜ਼ਾਰ ਸੀ, ਇੱਕ ਰੁੱਤ ਸੀ ਸਿਆਲ ਦੀ, ਦੂਜਾ ਜੰਗਲ ਦਾ ਪੰਧ ਸੀ, ਤੀਜਾ ਮੀਂਹ ਬਰਸਦਾ ਸੀ ਅੰਬਰੋਂ ਨਿੱਕੀ ਨਿੱਕੀ ਵਾਹ ਵਗਦੀ, ਜਿਹਦੇ ਨਾਲ ਬਹੁਤ ਜ਼ਿਆਦਾ ਠੰਡ ਸੀ, ਸ਼ੇਰ ਬਿਹਾਰ ਚਿੱਤਰੇ ਪੈ ਚੋਕਦੇ ਸੀ, ਤੀਰ ਦੁਸ਼ਮਣ ਦੇ ਅੱਖ ਵਿੱਚ ਛੂਕਦੇ ਸੀ, ਸ਼ਬਦ ਗੁਰਬਾਣੀ ਦੇ ਕਲਗੀਆਂ ਵਾਲਾ ਪਿਤਾ ਗਾ ਰਿਹਾ ਸੀ, ਸ਼ਬਦ ਚਮਕੌਰ ਨੂੰ ਲਹਿੰਦੇ ਪਾਸੇ ਵੱਲ ਤੁਰਿਆ ਆ ਰਿਹਾ ਸੀ।
ਵੇਖੋ ਫਿਰ ਕੁਦਰਤ ਨੇ ਤੀਰ ਚਾ ਦਿੱਤਾ ਹੈ, ਸ਼ਹੀਦ ਜੀਤ ਨਾਲ ਮੇਲ ਫਿਰ ਪਿਤਾ ਦਾ ਕਰਵਾ ਦਿੱਤਾ ਹੈ। ਬੱਦਲ ਗੱਜਿਆ, ਬਿਜਲੀ ਕੜਕੀ, ਲਸ਼ਕੋਰ ਧਰਤੀ ਤੇ ਮਾਰੀ, ਅਤੇ ਵੇਖੀ ਦੋ ਅਜੀਤ ਦੀ ਉੱਡ ਗਈ ਰੂਹ ਪਿਆਰੀ, ਨਾਲ ਘੱਟੇ ਦੇ ਮੁਖੜਾ ਲਿਬੜਿਆ, ਪੱਲੇ ਨਾਲ ਲਾਹਾ ਬਾਜਾਂ ਵਾਲੇ ਨੇ, ਰਾਮ ਬਣਾਉ ਤੇ ਮਿਲਾਂਗੇ ਮੁੱਖ ਤੋਂ ਇਹ ਫਰਮਾਇਆ ਬਾਜਾਂ ਵਾਲੇ ਨੇ। ਆਖਰੀ ਬੰਦ ਹੈ, ਦਿਲ ਆਖਦਾ ਇਹ ਦਰਦਾਂ ਭਰੀ ਕਹਾਣੀ ਨੂੰ ਬਹੁਤਾ ਨਾ ਦਰਿਆਵਾਂ ਮੈਂ, ਤਸਵੀਰ ਮਾਸ਼ੀ ਆੜੇ ਦੀ ਅੱਖਾਂ ਸਾਹਮਣੇ ਲਿਆਵਾਂ ਮੈਂ। ਨਾ ਪੈਰੀ ਜੁੜਾ ਸੀ, ਨਾ ਕੋਲ ਨੀਲਾ ਘੋੜਾ ਸੀ, ਨਾ ਸੀਸ ਉੱਤੇ ਤਲਗੀ ਤੋੜਾ ਸੀ, ਉਹਨਾਂ ਦੇ ਚਰਨ ਸਾਂਭਦਿਆਂ ਕੰਧਿਆਂ ਨੇ ਦਿੱਤੇ ਚੀਰ ਸੀ, ਰੇਸ਼ਮੀ ਚੋਲਾ ਹੋਇਆ ਫੱਟ ਕੇ ਅਲੀਨ ਨਹੀਂ ਸੀ, ਕਰਜ ਤਾਰ ਪਰਮਾਤਮਾ ਦਾ ਸੀ, ਸੁੱਤੋਂ ਸੁੱਤਾ ਹਿੰਦ ਦਾ ਪੀਰ ਸੀ, ਸੁੱਤਾ ਹਿੰਦ ਦਾ ਪੀਰ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਬਹੁਤ ਲੰਬੇਰਾ ਹੈ, ਬ੍ਰਹਮ ਪਿਆਰੇ ਉਹਨਾਂ ਦਾ ਦੇਣ ਆਪਾਂ ਕਦੇ ਵਾਸਤੇ ਵੀ ਨਹੀਂ ਦੇ ਸਕਦੇ। ਇਹੋ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੇ ਹੋਏ ਹੈ ਖੰਡੇ ਵਾਟੇ ਦੀ ਬਹੁਤ ਸ਼ਕਤੀਆਂ ਤੇ ਤਿਆਰ ਪ੍ਰਤਿਆਰ ਹੋਈਏ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਕਲਗੀਧਰ ਪਾਤਸ਼ਾਹ ਮਹਾਰਾਜ ਹੈ ਭਾਈ ਦਇਆ ਸਿੰਘ ਨਾਲ ਬਚਨ ਕਰਨ ਲੱਗੇ। ਭਾਈ ਦਇਆ ਸਿੰਘ ਤੁਹਾਨੂੰ ਸਿੰਘ ਸਜਾ ਦਿੱਤਾ ਏ, ਅੰਮ੍ਰਿਤ ਛਕਿਆ ਏ, ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ ਹੈ, ਧਰਮ ਚੰਦ ਤੋਂ ਧਰਮ ਸਿੰਘ ਬਣਾ ਦਿੱਤਾ ਹੈ, ਔਰ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਖੰਡੇ ਬਾਟੇ ਦੀ ਪਾਉ ਛਕਾਓ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵਚਨ ਸੁਣ ਕੇ ਭਾਈ ਦਇਆ ਸਿੰਘ ਕਹਿੰਦਾ, ਮਹਾਰਾਜ ਇਹ ਮੁਕਤ ਨਹੀਂ ਲਿਆ, ਅਸੀਂ ਆਪਣੇ ਸੀਸ ਬਲੀ ਦਾਨ ਦਿੱਤੇ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿ ਰਹੇ ਆ ਭਾਈ ਦਇਆ ਸਿੰਘ, ਇੱਕ ਤੇ ਸੀਸ ਅਸੀਂ ਪੌਣੇ ਕੁ ਨੌ ਸਾਲ ਦੀ ਉਮਰ ਵਿੱਚ ਦੇ ਚੁੱਕੇ ਹਾਂ, ਪਰ ਜਮਾ ਆਉਣ ਤੇ ਜਿਵੇਂ ਜਿਵੇਂ ਸਮਾਂ ਆਵੇਗਾ ਸਾਰਾ ਹੀ ਪਰਿਵਾਰ ਸਿੰਘ ਪੌਣ ਤੋਂ ਵਾਰ ਦੇਵਾਂਗੇ। ਉਸ ਅੱਖਰ ਦਾ ਵੇਰਵਾ ਇਸ ਕਵਿਤਾ ਵਿੱਚ ਇਸ ਤਰੀਕੇ ਨਾਲ ਲਿਖਿਆ। ਮੂਰੇ ਪੰਜਾਂ ਦੇ ਅੱਜ ਗੂਰਾ ਕੀਤੀ ਆ, ਮੈਨੂੰ ਪਤਾ ਜੇ ਮੈਂ ਤੁਸਾਂ ਨਾਲ ਬੀਤੀ ਆ, ਆਪ ਦੀ ਮਜੀਤੀ ਆ, ਤੁਸੀਂ ਨਾਲ ਲਗਾਵੇ ਖਾਲਸਾ, ਕੌਣ ਦਿੰਦੇ ਵਾਲੀ ਦਾਸ ਨੂੰ ਬਣਾਵੇ ਖਾਲਸਾ। ਦਇਆ ਸਿੰਘ ਨੇ ਗੁਰਾਂ ਨੂੰ ਪਿਆਸ ਤੇ ਬਾਹ ਫੜ ਕੇ ਤੇਰੇ ਅਸੀਂ ਕੱਸਦੇ, ਸਾਨੂੰ ਆਖਦੇ ਛੇਤੀ ਆਏ ਨੱਸ ਕੇ, ਪੀੜ ਆਪ ਨੂੰ ਨਾ ਹੋਈ ਤੇਰਾ ਜੁਨੀ ਚੰਗੇ ਦੀ, ਆਪ ਮੰਗਦੇ ਮੁਫਤ ਤੁਸੀਂ ਬਾਹਰ ਖੰਡੇ ਦੀ। ਰੱਜ ਗੋਰਾ ਕੀਤੀ ਆ, ਮੈਨੂੰ ਪਤਾ ਜੇ ਮੈਂ ਤੁਸਾਂ ਨਾਲ ਬੀਤੀ ਆ, ਫਿਰ ਦੇਖ ਜਿੱਤ ਆਪ ਦੀ ਮਜੀਤੀ ਆ, ਗੁਰਾਂ ਨੂੰ ਕੱਸ ਕੇ, ਸਾਨੂੰ ਆਪ ਦੇ ਛੇਤੀ ਆਓ ਨੱਸ ਕੇ, ਪੂਰੇ ਆਪ ਨੂੰ ਨਜ਼ਰ ਆ ਦੂੰਗੀ ਮੇਰੀ ਕੰਡੇ ਦੀ, ਆਪ ਮੰਗਦੇ ਮੁਫਤ ਤੁਸੀਂ ਪੌੜ ਖੰਡੇ ਦੀ। ਮੇਰਾ ਵੀ ਪਿਆਰ ਕਿਸੇ ਕੰਮ ਕਰਨਾ ਮੇਰੇ ਅੱਗੇ ਹਾਰ,
ਜਿੱਦਾਂ ਮਰਜ਼ੀ ਹੈ ਦਾਸ ਨੂੰ ਬਦਾਰੀਏ ਲੜੀ ਆਵਦੀ ਜਨਮੀ ਬਲਾਵੇ ਖਾਲਸਾ ਔਰ ਬੰਦੇ ਵਾਲੀ ਦਾਸ ਨੂੰ ਬਲਾਵੇ ਖਾਲਸਾ ਆਪ ਮੰਗਦੇ ਮੁਫਤ ਤੁਸੀਂ ਪਾਰ ਖੰਦੇ ਖੰਡੇ ਵਾਲੀ ਦਾਸ ਨੂੰ ਕਲਾ ਵਿਖਾਲਸਾ ਤੁਸੀਂ ਪਾਰ ਖੰਦੇ ਦੀ ਬਾਰੂ ਸਾਰਾ ਬੰਸ ਜੀ ਵੇਖੇ ਕੰਮ ਦੇ ਲਗਾਉ ਸਾਰੀ ਅੰਸ ਜੀ ਦੁੱਧ ਪਾਣੀ ਪਿਉਣ ਤਾਰੇ ਦੇ ਹੰਸ ਜੀ ਕੰਦੇ ਧਰਮੇ ਮੈਨੂੰ ਵੀ ਤਲਾਬ ਖਾਲਸਾ ਔਰ ਖੰਡੇ ਵਾਲੀ ਦਾਸ ਚਾਨ ਜਗ ਤੇ ਨਰਾਲੀ ਗਈ ਮਹੀਨੇ ਚੰਦੇ ਦੀ ਆਪ ਮੰਗਦੇ ਮੁਫਤ ਤੁਸੀਂ ਔਰ ਖੰਡੇ ਦੀ ਖੰਡੇ ਵਾਲੀ ਦਾਸ ਨੂੰ ਖਾਲਸਾ ਗੁਰਾਂ ਦੇ ਤਾਈ ਰਹਿਤਾ ਜੀ ਕਰਨੀਆਂ ਕਰੀਤਾ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਆਪੇ ਗੁਰੂ ਆਪੇ ਚੇਲੇ ਬੰਦੇ ਗੁਰਾਂ ਪਿਆਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਔਰੰਗਜ਼ੇਬ ਦਾ ਸੁਹਿਆ ਹਰ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਰਿਹਾ ਕਰਦਾ ਸੀ ਜਿਹਦੇ ਹਰ ਵੇਲੇ ਮਿੰਟ ਮਿੰਟ ਦੀ ਰਿਪੋਰਟ ਹੈ ਔਰੰਗਜ਼ੇਬ ਨੂੰ ਪਜਾਇਆ ਕਰਦਾ ਸੀ ਅਵਲ ਤਰਾਨੀ ਉਹ ਇਤਿਹਾਸ ਵਿੱਚ ਲਿਖਦਾ ਹੈ ਕਿ ਸਾਰਾ ਸੀਨ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਔਰ ਜਿਸ ਵੀ ਸਿੱਖ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਹੈ ਖੜਦੇ ਔਰ ਉਸਦੇ ਵਾਰ ਕਰਕੇ ਧਰ ਨਾਲੋਂ ਸੀਸ ਵੱਖਰਾ ਕਰ ਦਿੰਦੇ ਪੰਜਾਂ ਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਤਲਵਾਰ ਨਾਲ ਜੁਦਾ ਕੀਤਾ ਧਰ ਨਾਲੋਂ ਸੀਸ ਜੁਦਾ ਕੀਤਾ ਫਿਰ ਸਰਾਜਿਤ ਕੀਤਾ ਅਬਲ ਤਰਾਨੀ ਲਿਖਦਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਗੁਰਮ ਪਿਆਰੀ ਉਹ ਦੱਸ ਰਿਹਾ ਕਿ ਜੋ ਕੁਝ ਵੀ
ਕੇਸਗੜ੍ਹ ਦੀ ਪਹਾੜੀ ਉੱਤੇ ਹੋਇਆ ਉਹ ਬਿਲਕੁਲ ਸੱਚ ਹੈ। ਪਰ ਕਈ ਇਹੋ ਜਿਹੇ ਵੀਰ ਹੈ, ਉਹ ਕਹਿ ਦਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੱਕਰੇ ਚਟਕਾਏ। ਗੁਰਮ ਪਿਆਰੇ, ਗੁਰੂ ਸਾਡਾ ਸਮਰੱਥ ਹੈ, ਉਹ ਮਾਰ ਕੇ ਆਪ ਜਵਾ ਸਕਦਾ ਹੈ। ਇਹਦੇ ਤੋਂ ਪਹਿਲਾਂ ਵੀ ਕਈਆਂ ਸਾਖੀਆਂ ਵਿੱਚ ਆਪਾਂ ਪੜ੍ਹਿਆ ਕਿ ਗੁਰੂ ਸਾਹਿਬ ਮਰੇ ਹੋਏ ਨੂੰ ਜਿੰਦਾ ਕਰ ਦਿੰਦੇ ਹੈ। ਗੁਰਮ ਪਿਆਰੇ, ਇਹ ਗੁਰੂ ਦੀ ਕਿਰਪਾ ਹੈ, ਸਾਡਾ ਗੁਰੂ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਸਾਡਾ ਗੁਰੂ ਜੋ ਕਰਦਾ ਉਹ ਸਮਰੱਥ ਹੈ, ਉਹਨਾਂ ਦੀ ਰਸਨਾ ਉੱਤੋਂ ਨਿਕਲਿਆ ਹੋਇਆ ਬੋਲ ਹੈ, ਕਦੇ ਬਿਰਥਾ ਨਹੀਂ ਜਾਂਦਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਹੈ, ਦੀਨ ਦੁਨੀ ਦੇ ਮਾਲਕ ਹੈ, ਔਰ ਜਿਹਨਾਂ ਨੇ ਗੁਰੂ ਦੇ ਖਾਲਸੇ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ। ਜੋ ਬਚਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਦਇਆ ਸਿੰਘ ਨਾਲ ਪੰਜਾਂ ਪਿਆਰਿਆਂ ਨਾਲ ਕੀਤੇ ਸਨ, ਜਿਵੇਂ ਜਿਵੇਂ ਸਮਾਂ ਆਉਂਦਾ ਰਿਹਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਨੂੰ ਸ਼ਹੀਦ ਕਰਾਇਆ। ਔਰ ਗੁਰਮ ਪਿਆਰੇ, ਇਤਿਹਾਸ ਹੈ, ਬਹੁਤ ਮੇਰਾ ਹੈ, ਕਈਆਂ ਦਿਨਾਂ ਵਿੱਚ ਨਹੀਂ ਕਿਹਾ ਜਾ ਸਕਦਾ ਹੈ, ਇੰਨੀ ਤੋਂ ਸੇਵਾ ਪ੍ਰਵਾਨ ਕਰਨੀ। ਔਰ ਸਾਡੇ ਵੀਰ ਜੀ ਗੁਪਤ ਮਾਇਆ ਸੌਲਾ ਕਦਮਾਰਾ ਭੇਜ ਕੇ ਗਏ ਹੈ, ਮਹਾਰਾਜ ਚੜ੍ਹਦੀਆਂ ਗੱਲਾਂ ਕਰੇ। ਹੁਣ ਮੇਰੇ ਵੀਰਾਂ ਵੱਲੋਂ ਗੁਪਤ ਮਾਇਆ ਗੁਰੂ ਦੇ ਇਤਿਹਾਸ ਨੂੰ ਮੱਥਾ ਟੇਕਿਆ ਗਿਆ। ਸਾਡੇ ਬਹੁਤ ਹੀ ਸਤਿਕਾਰਯੋਗ ਹੈ ਡਾਕਟਰ ਸੁਰੇਂਦਰ ਸਿੰਘ ਜੀ, ਡਾਕਟਰ ਸਾਹਿਬ, ਉਹਨਾਂ ਵੱਲੋਂ ਵੀ ਗੁਰੂ ਦੇ ਇਤਿਹਾਸ ਦੇ ਮਾਣ ਵਿੱਚ ਗੁਪਤ ਮਾਇਆ ਭੇਜੀ ਗਈ ਹੈ। ਮਹਾਰਾਜ ਚੜ੍ਹਦੀਆਂ ਗੱਲਾਂ ਕਰੇ, ਨਾਮਦਾਨ ਦੇ ਗੱਪੇ ਮੁਸ਼ਕਿਲ ਹੱਲ ਕਰੇ, ਪਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਧੰਨਵਾਦ ਹੈ ਮਹਾਂਪੁਰਖਾਂ ਦਾ, ਗੁਰੂ ਦੀਆਂ ਸੰਗਤਾਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਕੱਲ ਚੌਰ ਅੱਖਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਔਰ ਜਿਹਨਾਂ ਨੇ ਮਿਹਨਤ ਪ੍ਰਯਾਸ ਤੇਰਾ ਕਿ ਆਪਣੀ ਸੇਵਾ ਲਈ ਹੈ। ਇਹ ਭਾਈ ਸਰਜੀਤ ਸਿੰਘ ਜੀ ਸਿੱਧੂ ਪਿੰਡ ਭਾਈ ਕੋ ਪੱਥਲ ਹੈ, ਭਾਈ ਬਲਜੀਤ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਇਸੇ ਤਰ੍ਹਾਂ ਸੇਵਾ ਕਰੀਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਚੜ੍ਹਦੀ ਕਲਾ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਾਲ ਲੰਘਿਆ ਵੀ ਸੁਰਜੀਤ ਸਿੰਘ ਜੀ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ 1600 ਸਾਜਿਆ ਸੀ, ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਦੇਵਤਿਆਂ ਦੀ ਤਰ੍ਹਾਂ ਚੌਂਕਾ ਲਗਾ ਕਰਕੇ ਗੁਰੂ ਧਿਆਨ ਸਾਧਨ ਕੀਤਾ ਹੈ। ਸੋ ਇੱਥੇ ਹੀ ਵਿਸਾਖ ਦੀ ਰੂਪੋ ਵਾਢੀ ਹੈ, ਜਿਹਨਾਂ ਤੋਂ ਵਿਸ਼ਵ ਵੱਲੋਂ ਹਰ ਸਾਜਨ ਪੁਰਖ ਵਿਸਾਰੇ ਕੇ ਲੱਗੀ ਮਾਇਆ ਕਰਦੇ ਮਹਾਂਵਾਰ ਅਨੁਸਾਰ ਵਿਸਾਖ ਦੇ ਸੰਗਰਾਂਦ ਦੇ ਦਿਹਾੜਿਆਂ ਦੀ ਦੁਆਨਾ ਦੀ ਸਮਾਪਤੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।